ਪੰਜਾਬ ਦੇ ਵਿਧਾਇਕਾਂ ਦਾ ਇੰਨਾ ਮਾੜਾ ਹਾਲ ਹੈ ਕਿ ਉਹ ਮੀਡੀਆ ਅੱਗੇ ਸ਼ਰੇਆਮ ਗਾਲਾਂ ਕੱਢਣ ਵਿੱਚ ਵੀ ਗੁਰੇਜ਼ ਨਹੀਂ ਕਰਦੇ। ਪ੍ਰੈਸ ਵਾਰਤਾ ਦੌਰਾਨ ਮਾਹੌਲ ਉਸ ਵੇਲੇ ਤਣਾਅ ਭਰਿਆ ਹੋ ਗਿਆ ਜਦੋਂ ਪੰਜਾਬ ਦੇ ਡਿਪਟੀ ਸਪੀਕਰ ਅਤੇ ਹਲਕਾ ਮਲੋਟ ਤੋਂ ਵਿਧਾਇਕ ਅਜੈਬ ਸਿੰਘ ਭੱਟੀ ਆਪਣੀ ਸਰਕਾਰ ਦੀਆਂ 2 ਸਾਲਾਂ ਦੀਆਂ ਗਤੀਵਿਧੀਆਂ ਦਾ ਗੁਣਗਾਨ ਕਰਨ ਦੌਰਾਨ ਆਪਣੀ ਸਪੀਚ ਵਿੱਚ ਗਾਲਾਂ ਕੱਢਦੇ ਨਜ਼ਰ ਆਏ। ਉੱਥੇ ਹੀ ਜਦੋਂ ਪੱਤਰਕਾਰਾਂ ਵੱਲੋਂ ਨਗਰ ਕੌਂਸਲ ਮਲੋਟ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਏ ਗਏ ਤਾਂ ਡਿਪਟੀ ਸਪੀਕਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੇ ਵੀ ਨਜ਼ਰ ਆਏ ਅਤੇ ਮਲੋਟ ਵਿੱਚ ਸੀਵਰ ਦੀ ਸਮੱਸਿਆ ਬਾਰੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੰਦੀ ਸ਼ਬਦਾਵਲੀ ਵਰਤਦੇ ਹੋਏ ਨਜ਼ਰ ਆਏ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਮੈਨੂੰ ਜੋ ਆਸ ਸੀਗੀ ਉਹ ਨਹੀਂ, ਕਾਰਗੁਜ਼ਾਰੀ ਬਿਹਤਰ ਨਹੀਂ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸ਼ਹਿਰ ਦੀ ਬਿਹਤਰੀ ਲਈ ਕਾਫੀ ਕੁਝ ਕੀਤਾ ਔਰ ਕਰਨ ਦੇ ਹੋਰ ਪ੍ਰੋਜੈਕਟ ਵੀ ਹੱਥਾਂ 'ਚ ਨੇ। 3 ਸਾਲ ਸਾਡੇ ਹਜੇ ਹੋਰ ਹੈਗੇ ਆ, ਅਸੀਂ ਉਹਨਾਂ ਨੂੰ ਸਿਰੇ ਲਾਵਾਂਗੇ। ਫਾਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਹੁਣੇ ਹੁਣੇ ਦੱਸ ਕੇ ਹਟਿਆ ਵੀ ਕਾਲਜ ਦਾ ਹੈ, ਫਾਇਰ ਬ੍ਰਿਗੇਡ ਦਾ ਹੈ, ਸਿਵਲ ਹੋਸਪਿਟਲ ਦਾ ਹੈ, ਪੁਲਿਸ ਸਟੇਸ਼ਨਾਂ ਦਾ ਹੈ, ਵੀ ਜਿਹੜੇ ਅੰਦਰ ਹੈ ਥੋੜ੍ਹੀ ਬੜੀ ਕੰਜਸਟਡ ਜੀ ਥਾਂ 'ਤੇ ਆ, ਉਹਨਾਂ ਨੂੰ ਪ੍ਰੋਪਰ ਥਾਂ 'ਤੇ ਲਿਆ ਕੇ ਜਾਣਾ। ਸਰਕਾਰ ਦੇ ਨਹੀਂ, ਲੋਕਾਂ ਦੇ ਮਲੋਟ ਦੇ ਸਰਕਾਰ ਦੇ ਮੈਨੂੰ ਨਹੀਂ, ਮੈਂ ਨਹੀਂ ਪਤਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਮੈਂ ਜੇਕਰ ਕੋਈ ਕਹਿੰਦਾ ਮੈਂ ਉਹਨਾਂ ਦੀ ਕੋਈ ਊਣਤਾਈਆਂ ਦੇਖਣ ਨਹੀਂ ਜਾਂਦਾ, ਮੈਂ ਉਹਨਾਂ ਦਾ ਪੋਜ਼ਿਟਿਵ ਪੱਖ ਦੇਖਣ ਜਾਂਦਾ। ਬਿਲਕੁਲ ਠੀਕ ਹੈ, ਯੂ ਆਰ ਐਬਸੋਲੂਟਲੀ ਕਰੈਕਟ। ਜਵਾਬ ਤੁਸੀਂ ਕੀਤਾ, ਮੈਂ ਇਹ ਕਹਿੰਦਾ ਕਿ ਪੈਸਾ ਆਉਂਦਾ, ਪੈਸਾ ਬੇਸਿਕ ਚੀਜ਼ ਹੈ ਜਿਹਦੇ ਨਾਲ ਆਪਾਂ ਆਪਣੀਆਂ ਲੋੜਾਂ ਆਪਣੇ ਕੰਮ ਪੂਰੇ ਕਰਨੇ ਆ। ਮੈਂ ਇਹ ਕਿਹਾ ਕਿ ਪੈਸਾ ਦਿੱਤਾ, ਫਾਰ ਐਗਜ਼ਾਮਪਲ 10 ਲੱਖ ਰੁਪਈਆ ਦਿੱਤਾ ਸੀ ਸੀਵਰ ਸਾਫ਼ ਕਰਨ ਵਾਲੀ ਇੱਕ ਮਸ਼ੀਨ ਹੁੰਦੀ ਆ। ਤਕਰੀਬਨ 1 ਸਾਲ ਵਾਰ ਵਾਰ ਕਹਿਣ ਦੇ ਬਾਵਜੂਦ ਸਾਲ ਭਰ ਦੇ ਵਿੱਚ ਉਹ ਮਸ਼ੀਨ ਪੈਸੇ ਜੇਬ 'ਚੋਂ ਤਾਂ ਖਰੀਦੀ ਨਹੀਂ ਗਈ। ਮੈਂ ਇਹ ਕਹਾਂਗਾ ਕਿ ਸਾਡੀ ਨਗਰ ਕੌਂਸਲ ਦੀ ਇਹ ਸੁਸਤ ਚਾਲ ਹੈ ਕੰਮ ਕਰਨ ਦੀ। ਜਦਕਿ ਪੈਸਾ ਆ ਜਾਵੇ ਤਾਂ ਬੰਦੇ ਨੂੰ ਉਹਦੇ ਤਰਾਕ ਕਰਕੇ ਉਹਦਾ ਇਸਤੇਮਾਲ ਕਰਨਾ ਚਾਹੀਦਾ। ਇਸੇ ਤਰ੍ਹਾਂ ਆ ਗਲੀਆਂ ਨਾਲੀਆਂ ਜੀਆਂ ਦਾ ਦਿੱਤਾ, ਲਾਈਟਾਂ ਦਾ ਦਿੱਤਾ, ਤਾਂ ਉਹ ਅੱਜ ਤੱਕ ਵੀ ਮੇਰਾ ਖਿਆਲ ਆ ਅਜੇ ਯੂਜ਼ ਨਹੀਂ ਹੋਇਆ। ਮੈਂ ਤੁਸੀਂ ਕਹਿੰਦਾ ਵੀ ਤੁਸੀਂ ਕੀ ਕੀਤਾ, ਮੈਂ ਕੋਈ ਕਰਨਾ ਨਹੀਂ, ਮੈਂ ਸਿਰਫ ਉਹਨਾਂ ਨੂੰ ਦੇਣਾ ਕਿਉਂਕਿ ਉਹ ਵੀ ਲੋਕਾਂ ਦੀ ਆਵਾਜ਼ ਹੈ, ਲੋਕਾਂ ਨੇ ਉਹਨਾਂ ਨੂੰ ਚੁਣਿਆ। ਮੈਂ ਤਾਂ ਲੋਕਾਂ ਨੂੰ ਕਹਿ ਸਕਦਾ ਕਿ ਜੋ ਬਣਦਾ ਉਹਨਾਂ ਦਾ ਉਹਨਾਂ ਨੂੰ ਵੇਲੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ ਕਰਨਾ ਚਾਹੀਦਾ। ਪਰ ਜਿਹੜੀ ਇਸ 'ਤੇ ਪੜਤਾਲਤਾ ਹੋ ਸਕਦੀ ਹੈ ਵੀ ਪੈਸਾ ਕਿਉਂ ਪੜਤਾਲ, ਮਹਿਕਮੇ ਬਣੇ ਹੋਏ ਆ, ਮਹਿਕਮੇ ਦਾ ਆਪਣਾ ਸਿਸਟਮ ਹੈ, ਉਹਨੇ ਪੜਤਾਲ ਕਰਨੀ ਹੈ। ਹੋਰ ਕਈ ਹਦਾਇਤ ਤਾਂ ਕਰ ਸਕਦਾ, ਮੈਂ ਹਦਾਇਤ ਨਹੀਂ ਕਰਨਾ, ਮੈਂ ਉਹਨਾਂ ਨੂੰ ਕਿਸੇ ਜੋ ਮੇਰਾ ਸਿਸਟਮ ਹੈ ਮੈਂ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਦੀ ਕਰਾਂ। ਕੀ ਲੱਗਦਾ ਨਹੀਂ ਲੰਮੇ ਸਮੇਂ ਚਿਰ ਤੱਕ ਇਹ ਚੱਲਦਾ ਰਹੂਗਾ ਵੀ ਜੇਕਰ ਨਹੀਂ ਪੜਤਾਲ ਹੁੰਦੀ ਤਾਂ ਇਸੇ ਤਰ੍ਹਾਂ ਪੈਸਾ ਵੇਸਟ ਹੁੰਦਾ ਜਾਂਦਾ? ਨਹੀਂ, ਵੇਸਟ ਨਹੀਂ, ਮੈਂ ਕਿਹਾ ਆਈ ਐਮ ਨਾਟ ਟਾਕਿੰਗ ਅਬਾਊਟ ਵੇਸਟੇਜ, ਮੈਂ ਕਹਿੰਦਾ ਵਰਤਿਆ ਨਹੀਂ ਗਿਆ, ਉਹਦਾ ਜਿਹੜਾ ਪ੍ਰੋਪਰ ਯੂਟੀਲਾਈਜੇਸ਼ਨ ਹੈ, ਇਨ ਟਾਈਮ ਯੂਟੀਲਾਈਜੇਸ਼ਨ ਜੋ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ।
ਉਹਨਾਂ ਦੀ ਜਵਾਬਦੇਹੀ ਲਈ ਕੀ ਕਰੋਗੇ ਤੁਸੀਂ ਜੀ? ਉਹਨਾਂ ਦੀ ਜਵਾਬ ਆਈ ਵਿਲ ਸੀ, ਆਈ ਵਿਲ ਸੀ। ਇੱਕ ਪਿੰਡਾਂ 'ਚ ਜਿਹੜਾ ਪੇਮੈਂਟ ਦਿੱਤੀ ਗਈ ਹੈ ਉਹ ਵੀ ਇੱਕ ਹੈ ਵੀ ਪੱਖਪਾਤ ਹੋਇਆ, ਕਿਤੇ 5 ਲੱਖ ਕਿਤੇ ਲੱਖ? ਨੋ, ਯੂ ਡੋਂਟ ਨੋ ਐਵਰੀਥਿੰਗ ਵਟ ਇਜ਼ ਐਵਰੀ। ਮੰਨ ਲਓ ਅੰਮ੍ਰਿਤਸਰ ਹੈ ਅਤੇ ਅੰਮ੍ਰਿਤਸਰ ਨੂੰ ਮਲੋਟਣਾ ਤੁਸੀਂ ਕਰ ਲਓ ਆਪਣੇ ਏਰੀਏ 'ਤੇ। ਆਈ ਨੋ, ਆਈ ਮੈਂ ਆਪਣਾ ਕੁਛ ਸਿਸਟਮ ਇਨਵੋਲਵ ਕੀਤਾ ਕਿ ਜਿਵੇਂ ਪੰਚਾਇਤ ਵੱਡਾ ਪਿੰਡ ਹੈ, ਵੱਡੇ ਪਿੰਡ ਦੀ ਆਬਾਦੀ ਵੀ ਵੱਡੀ ਹੈ, ਵੋਟਰ ਵੀ ਵੱਧ ਹੈ, ਏਰੀਆ ਵੀ ਵੱਧ ਹੈ, ਉਹਦੀ ਡਿਵੈਲਪਮੈਂਟ ਲਈ ਉਨਾ ਪੈਸਾ ਚਾਹੀਦਾ। ਜੇ ਹੁਣ ਛੋਟੀ ਵੱਧ, ਪਲੀਜ਼ ਲਿਸਨ, ਲੈਟ ਮੀ ਕੋ ਐਕਸਪਲੇਨ। ਛੋਟਾ ਪਿੰਡ ਹੈ, ਜਿਵੇਂ ਹੁਣ ਆਪਣੇ 100 ਪਿੰਡ ਦੀ ਵੋਟ ਬਣੀ ਹੋਈ ਹੈ, ਪੰਚਾਇਤ ਬਣੀ ਹੈ, ਅਤੇ ਉਹਨੂੰ ਅਸੀਂ ਉਹਨੂੰ ਕੁਇਟ ਕਿਵੇਂ ਕਰਾਂਗੇ?